जी हाँ, चुनौतियां दी बिजली इसे मुद्दे ते असी चर्चा कर रहे हैं ते दर्शकों तो असी लगातार सवाल पूछ रहे हैं। साडा इहदा सवाल है कि पंजाब च नवी सरकार दे लई बिजली दे मुद्दे नूं हल करना वड्डी चुनौती होवेगी। तो सवाल ते अपनी राय सांझे करने लई साडा एक कॉलर जुड़े ने मलेरकोटला तो सुरेश कुमार जी। सुरेश जी, की कहना चाहते हो तुसी इस मुद्दे बारे? सुरेश जी, मेरी आवाज आ रही है तुहानू? हाँ जी सर, आवाज आ रही है तुहाडी। जी सर, की कहना चाहते हो तुसी इस मुद्दे बारे? सर, असी बेनती करते हैं भी जो अकाली राज है इन्हों का, जो पंजाब का बिजली का वो सी उन्होंने बिलकुल ठप करता जी। हाँ जी, बिल बहुत आ रहे हैं, बिल की कोई घाट नहीं है, बिल तो बहुत ज्यादा आ रहे हैं। ठीक ठीक है सुरेश जी, अपनी जी जी ठीक। तो संगरूर तो एक होर कॉलर जुड़े ने बलवंत जी। बलवंत जी, की कहना चाहते हो तुसी? सत श्री अकाल जी। ਅਸੀਂ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਹਾਂ ਜੀ ਪਹਿਲਾਂ ਤਾਂ ਜੀ। ਬਾਕੀ ਦੇਖੋ, ਜਿਹੜਾ ਬਿੱਲਾਂ ਦੀ ਗੱਲ ਕਰ ਰਹੇ ਨੇ ਜੀ, ਘਰਾਂ ਦਾ ਚਾਰ ਚਾਰ ਪੰਜ ਪੰਜ ਹਜ਼ਾਰ ਰੁਪਇਆ ਬਿੱਲ ਆ ਰਿਹਾ ਸਾਡਾ ਜੀ। ਮੋਟਰਾਂ ਦੀ ਹੁਣ ਰਾਤ ਨੂੰ ਆਉਂਦੀ ਆ, ਦਿਨ ਨੂੰ ਕਹਿੰਦੇ ਅਸੀਂ ਦਿੰਦੇ ਨੀ ਠੀਕ ਵੀ ਲਾਈਟ, ਦਿਨ ਨੂੰ ਤੁਹਾਨੂੰ ਕਣਕ ਭਰਨ ਨੂੰ ਦਿੰਦੇ ਨੀ, ਰਾਤ ਨੂੰ ਆਇਆ ਕਰੋ। ਠੀਕ ਹੈ ਸਰ, ਆਪਣੀ ਰਾਏ ਸਾਡੇ ਨਾਲ ਸਾਂਝੀ ਕਰਨ ਦੇ ਲਈ। ਸੋ ਅਸੀਂ ਦਰਸ਼ਕਾਂ ਦੀ ਰਾਏ ਸੁਣੀ ਹੈ ਤੇ ਸਿੱਧਾ ਆਪਣੇ ਮਹਿਮਾਨਾਂ ਦਾ ਰੁਖ ਕਰਦੇ ਹਾਂ। ਸਾਡੇ ਨਾਲ ਮਹਿਮਾਨ ਜੁੜੇ ਹੋਏ ਨੇ। ਜੋਸ਼ੀ ਸਾਹਿਬ, ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਸੀਂ ਕੁਝ ਕਹਿਣਾ ਚਾਹ ਰਹੇ ਸੀਗੇ, ਵਿਰਕਾ ਸਾਹਿਬ ਦੇ ਸਵਾਲਾਂ ਜਵਾਬ ਦੇਣਾ ਚਾਹ ਰਹੇ ਸੀ, ਪਰ ਤੁਸੀਂ ਲੋਕਾਂ ਦੀ ਰਾਏ ਵੀ ਸੁਣੀ ਹੈ। ਹਾਲਾਂਕਿ ਤੁਸੀਂ ਕਹਿ ਰਹੇ ਹੋ ਕਿ ਅਜਿਹੀ ਕੋਈ ਮੁਸ਼ਕਲ ਨਹੀਂ ਹੈ, ਲੋਕ ਵੀ ਕਹਿ ਰਹੇ ਨੇ ਕਿ ਬਿੱਲ ਬਹੁਤ ਜ਼ਿਆਦਾ ਆ ਰਹੇ ਨੇ, ਕਣਕ ਨੂੰ ਲੈ ਕੇ ਵੀ ਕਿਸਾਨ ਜੋ ਨੇ ਆਪਣੀ ਮੁਸ਼ਕਲ ਜ਼ਾਹਰ ਕਰ ਰਹੇ ਨੇ। ਦੇਖੋ, ਗੱਲ ਇਹ ਹੈ ਕਿ ਵੀ ਤੁਹਾਡੀ ਗੱਲ ਜਿਹੜੀ ਹੈ ਜੀ ਉਹ ਝੂਠ ਹੈ, ਇਸ ਤਰ੍ਹਾਂ ਨਹੀਂ ਹੈ, ਪਰ ਹੈਰਾਨੀਜਨਕ ਜ਼ਰੂਰ ਹੈ ਤੁਹਾਡੀ ਰਿਪੋਰਟ। ਔਰ ਵੇਰਕਾ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ ਉਹਦਾ ਤਾਂ ਜਵਾਬ ਦੇਣ ਤੋਂ ਪਹਿਲੇ ਮੈਂ ਤੁਹਾਡੀ ਗੱਲ ਨੂੰ ਕਲੈਰੀਫਾਈ ਕਰ ਦੇਵਾਂ ਜੀ 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 ਕਿ ਗੱਲ ਇਹ ਹੈ ਕਿ ਜਦ ਜਿਹੋ ਜਿਹਾ ਦਰਸਾਇਆ ਜਾ ਰਿਹਾ, ਜਿਹੋ ਜਿਹਾ ਕਾਲਰ ਬੋਲ ਰਹੇ ਨੇ, ਜੇ ਇਹੋ ਜਿਹਾ ਹਾਲ ਪੰਜਾਬ ਦਾ ਹੋਵੇ ਤੇ ਚਾਰੋਂ ਪਾਸੇ ਹਾਹਾਕਾਰ ਹੋਏ ਔਰ ਚਾਰੋਂ ਪਾਸੇ ਅਖਬਾਰ ਜਿਹੜੀ ਹੈ ਉਹ ਇਹੋ ਜਿਹੀ ਖਬਰਾਂ ਨਾਲ ਭਰੀ ਹੋਵੇ, ਇਹੋ ਜਿਹਾ ਦਿਖਦਾ ਨਹੀਂ ਹੈ। ਇੰਡੀਵਿਜੁਅਲ ਪ੍ਰੋਬਲਮ ਹੋ ਸਕਦੀ ਹੈ, ਏਰੀਆ 'ਚ ਪ੍ਰੋਬਲਮ ਹੋ ਸਕਦੀ ਹੈ, ਪਰ ਜਨਰਲ ਨਹੀਂ ਹੈ। ਬਾਕੀ ਵੇਰਕਾ ਸਾਹਿਬ, ਗੱਲ ਇਹ ਹੈ ਤੁਸੀਂ ਤਾਂ SCBC ਵਾਲੀ ਗੱਲ ਕਰ ਬੈਠੇ, ਕੋਈ ਗੱਲ ਨਹੀਂ, ਹੁਣ ਤੁਹਾਡਾ ਵੀ ਅੱਜ ਕੱਲ੍ਹ ਮਤਲਬ ਥੱਲੇ ਨੂੰ ਜਾਣ ਵਾਲਾ ਕੰਮ ਸ਼ੁਰੂ ਹੋ ਗਿਆ। 200 ਯੂਨਿਟ ਬਿਜਲੀ ਫਰੀ ਹੈ, ਹੁਣ ਜਿਹੜੀ 200 ਯੂਨਿਟ ਬਿਜਲੀ ਫਰੀ ਹੈ ਉਹ 'ਤੇ ਤਾਂ ਤੁਸੀਂ ਗੱਲ ਕਰਦੇ ਨਹੀਂ ਹੋ, ਤੁਸੀਂ ਬਿੱਲਾਂ ਦੀ ਗੱਲ ਕਰਦੇ ਹੋ। ਮੇਰੀ ਬੇਨਤੀ ਹੈ ZTV ਨੂੰ ਕਿ ਜਿਹੜਾ NK ਸ਼ਰਮਾ ਜੀ ਨੇ ਚੈਲੰਜ ਕੀਤਾ ਹੈ ਅਤੇ ਜਿਹੜਾ ਚੈਲੰਜ ਵੇਰਕਾ ਸਾਹਿਬ ਨੇ ਅੱਧੇ ਮਨ ਨਾਲ ਕਬੂਲ ਕੀਤਾ ਹੈ, ਹੁਣ ਉਸ ਚੈਲੰਜ 'ਚ ਸਾਨੂੰ ਦੋਨਾਂ ਨੂੰ ਵੀ ਜ਼ਰੂਰ ਬਿਠਾ ਲਿਓ ਦੁਬਾਰਾ, ਅਤੇ ਹੋ ਸਕੇ ਤਾਂ ਕੱਲ੍ਹ ਡਿਸਕਸ਼ਨ ਰੱਖ ਲਿਓ, ਅਸੀਂ ਬਿੱਲ ਲੈ ਕੇ ਆ ਜਾਵਾਂਗੇ, NK ਸ਼ਰਮਾ ਸਾਹਿਬ ਬਿੱਲ ਲੈ ਕੇ ਆ ਜਾਣਗੇ ਅਤੇ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜਿਹੜੀ ਇਹ ਗੱਲਾਂ ਕਰਦੇ ਨੇ SCBC ਬਾਰੇ। ਔਰ ਜਿੱਥੇ ਤੱਕ ਦੇਖੋ ਗੱਲ ਹੈ ਇੰਡਸਟਰੀ ਜਾਣ ਦੀ ਗੱਲ ਹੈ, ਗਰੋਥ ਜਿਹੜਾ ਇੱਕ ਨਿਰੰਤਰ ਪ੍ਰੋਸੈਸ ਹੈ, ਔਰ ਕਦੀ ਅਖਬਾਰ ਹੁੰਦੀ ਸੀ, ਫਿਰ TV ਆਇਆ, ਫਿਰ ਪ੍ਰਾਈਵੇਟ ਚੈਨਲਸ ਆਏ, ਹੁਣ ਡਿਜੀਟਲ ਮੀਡੀਆ ਆ ਗਿਆ। ਇੱਕ ਚੀਜ਼ ਆਉਂਦੀ ਹੈ, ਦੂਜੀ ਚੀਜ਼ ਖਤਮ ਹੁੰਦੀ ਹੈ, ਰੇਡੀਓ ਕਰ ਬੰਦ ਹੋ ਕੇ ਦੁਬਾਰਾ ਰੀਸਰਫੇਸ ਹੋ ਕੇ FM ਦੀ ਸ਼ੇਮ 'ਚ ਆਇਆ। ਅਤੇ ਜਿਹੜੀ ਇੰਡਸਟਰੀ ਦੀ ਬੰਦ ਕਰ ਗੱਲ ਕਰਦੇ ਹੋ ਤਾਂ ਬੰਦ ਵੀ ਹੋਈ ਹੈ, ਅਤੇ ਇੰਡਸਟਰੀ ਉਹ ਗਰੋਥ ਕਰਕੇ ਹੋਈ ਹੈ, ਨਏ ਯੂਨਿਟ ਲੱਗ ਗਏ ਨੇ, ਉਹ ਇਸ ਕਰਕੇ ਨਹੀਂ ਹੋਏ ਕਿ ਵੀ ਉਹਨਾਂ ਬਿਜਲੀ ਨਹੀਂ ਮਿਲ ਰਹੀ, ਇਕਨੋਮਿਕਲੀ ਵਾਇਬਲ ਨਹੀਂ ਰਹੇ ਨਏ ਪ੍ਰੋਡਕਟਸ ਕਰਕੇ, ਕੰਪੀਟੀਸ਼ਨ ਕਰਕੇ। ਪਰ ਇਹਦੇ ਇਲਾਵਾ ਹੋਰ ਬਹੁਤ ਸਾਰੀ ਇੰਡਸਟਰੀ ਵੀ ਪੰਜਾਬ 'ਚ ਆ ਗਈ, ਉਹ ਵੀ ਦੇਖਣ ਵਾਲੀ ਗੱਲ ਹੈ। ਸੋ ਇਹ ਗੱਲ ਇੱਕ ਨਿਰੰਤਰ ਪ੍ਰੋਸੈਸ ਹੈ, ਇਹਨੂੰ ਇਸੇ ਬਿਜਲੀ ਨਾਲ ਜੋੜਨਾ ਜਿਹੜਾ ਹੈਗਾ ਉਹ ਗਲਤ ਹੈ। ਵੇਰਕਾ ਸਾਹਿਬ ਜੋੜ ਸਕਦੇ ਨੇ, ਆਪੋਜੀਸ਼ਨ ਬੈਠੇ ਆ, ਕੁਛ ਵੀ ਬੋਲ ਸਕਦੇ ਨੇ, ਤਾਂ ਕਹਿੰਦੇ ਪੜੋਸੀ ਦੇ ਘਰ ਮੁੰਡਾ ਨਹੀਂ ਹੋਇਆ, ਸਰਕਾਰ ਜ਼ਿੰਮੇਵਾਰ ਹੈ, ਤਾਂ ਇਹੋ ਜਿਹੀ ਗੱਲ ਵੀ ਕਹਿ ਦੇਣਗੇ ਇਹਨਾਂ ਦਾ ਕੀ ਹੈ ਜੀ? ਜੀ ਠੀਕ ਠੀਕ ਹੈ ਸਰ। ਸੋ ਤੁਸੀਂ ਸਵਾਲ ਚੁੱਕ ਰਹੇ ਹੋ ਕਾਫੀ ਸਾਰੇ। ਇੰਦਰਪ੍ਰੀਤ ਜੀ, ਕੀ ਤੁਹਾਨੂੰ ਲੱਗਦਾ ਹੈ ਕਿ ਜੋ ਵੀ ਨਵੀਂ ਸਰਕਾਰ ਆਏਗੀ ਉਸਦੇ ਲਈ ਬਿਜਲੀ ਦੀ ਚੁਣੌਤੀ ਨਾਲ, ਕਿਸੇ ਵੀ ਤਰ੍ਹਾਂ ਦੀ ਚੁਣੌਤੀ ਹੋਵੇ, ਭਾਵੇਂ ਉਹ ਬਿਜਲੀ ਚੋਰੀ ਦੇ ਮਾਮਲੇ ਹੋਣ, ਬਕਾਇਆ ਬਿਜਲੀ ਬਿੱਲਾਂ ਦਾ ਮਾਮਲਾ ਹੋਵੇ, ਉਸ ਤੋਂ ਪਾਰ ਪਾਉਣ ਦੇ ਲਈ ਕੁਝ ਨਵਾਂ ਰੋਡ ਮੈਪ ਤਿਆਰ ਕਰਨਾ ਹੋਵੇਗਾ? ਨਹੀਂ ਬਿਲਕੁਲ, ਜਿਹੜਾ ਮੈਂ ਇਸ ਗੱਲ ਤੋਂ ਤਾਂ ਬਿਲਕੁਲ ਸਹਿਮਤ ਨਹੀਂ ਕਿ ਬਿਜਲੀ ਦੇ ਬਿੱਲ ਜ਼ਿਆਦਾ ਨਹੀਂ ਆ ਰਹੇ। ਬਿਜਲੀ ਦੇ ਬਿੱਲ, ਕਿਉਂਕਿ ਰੇਟਸ ਹੁਣ ਆਲਮੋਸਟ ਸਾਰੀਆਂ ਸਟੇਟਾਂ 'ਚ ਬਹੁਤ ਹਾਈ ਹੋ ਗਏ ਹੈ। ਪੰਜਾਬ ਦੇ ਮਾਮਲੇ 'ਚ ਸਾਨੂੰ ਇੱਕ ਗੱਲ ਸਮਝਣੀ ਪਏਗੀ ਕਿ ਦੇਖੋ, ਰੇਟਸ ਜਿਹੜੇ ਡਿਸਾਈਡ ਕਰਦਾ ਹੈ ਰੈਗੂਲੇਟਰੀ ਕਮਿਸ਼ਨ ਕਰਦਾ ਹੈ, ਔਰ ਉਹ ਪਾਵਰਕੌਮ ਦੇ ਖਰਚੇ ਔਰ ਆਮਦਨ ਨੂੰ ਮਿਲਾ ਕੇ ਕੀ ਹੈਗੇ ਹੈ ਉਹਨੂੰ ਦੇਖ ਕੇ ਤੈਅ ਕਰਦਾ ਹੈ। ਪੰਜਾਬ ਦੇ ਮਾਮਲੇ ਵਿੱਚ ਇੱਕ ਚੀਜ਼ ਜੋ ਮੈਨੂੰ ਸਮਝ ਨਹੀਂ ਆ ਰਹੀ ਹੈ, ਇਹਦਾ ਕਾਰਨ ਕੀ ਹੈ, ਇਹ ਸ਼ਰਮਾ ਜੀ ਦੱਸ ਸਕਦੇ ਆ ਜਾਂ ਜੋਸ਼ੀ ਸਾਹਿਬ ਦੱਸ ਸਕਦੇ ਹੈ, ਈਵਨ ਮੇਰੇ ਖਿਆਲ ਵੇਰਕਾ ਸਾਹਿਬ ਨੂੰ ਵੀ ਇਸ 'ਤੇ ਕੋਈ ਬਿਆਨ ਦੇਣਾ ਚਾਹੀਦਾ, ਕਿਉਂਕਿ ਸਰਕਾਰ ਉਹਨਾਂ ਦੇ ਟਾਈਮ 'ਚ ਵੀ ਰਹੀ ਹੈ, 5 ਸਾਲ ਉਹਨਾਂ ਨੇ ਵੀ ਚਲਾਈ ਹੈ। ਪੰਜਾਬ ਦੇ ਜਿਹੜੇ ਇੰਪਲੋਈਜ਼ ਹੈਗੇ ਹੈ ਉਹ ਹਾਈਐਸਟ ਪੇਡ ਇੰਪਲੋਈਜ਼ ਨੇ,
ਈਵਨ ਜਿਹੜੇ ਸਾਡੇ ਪੇ ਕਮਿਸ਼ਨ ਨੇ ਉਹ ਵੀ ਸਾਡੇ ਆਪਣੇ ਪੇ ਕਮਿਸ਼ਨ ਨੇ। ਪਰ ਇਸ ਤੋਂ ਇਲਾਵਾ ਜਿਹੜਾ ਪਾਵਰਕੌਮ ਦਾ ਇੱਕ ਵੱਖਰਾ ਉਸ ਤੋਂ ਇਲਾਵਾ ਪੇ ਕਮਿਸ਼ਨ ਬੈਠਦਾ, ਮਤਲਬ ਜੋ ਪੰਜਾਬ ਦਾ ਜੋ ਇੰਪਲਾਈਜ਼ ਹੈ ਉਸ ਤੋਂ ਵੀ ਇੱਕ ਸਟੈਪ ਉੱਪਰ ਪੇ ਮਿਲਦੀ ਹੈ। ਔਰ ਇਹ ਮਤਲਬ ਕਿਉਂ ਮਿਲਦੀ ਹੈ? ਦੂਸਰੇ ਦੇਸ਼ ਜਿਹੜੇ ਤੁਹਾਡੇ ਪ੍ਰਦੇਸ਼ ਨੇ ਉਹਨਾਂ ਦੇ ਮੁਕਾਬਲੇ ਸਾਡੇ ਪਾਵਰਕੌਮ ਦੇ ਇੰਪਲਾਈਜ਼ ਦੀ ਜਿਹੜੀ ਜਿਹੜਾ ਸੈਲਰੀ ਹੈ ਉਹਦੇ 'ਚ ਗੈਪ ਇੰਨਾ ਜ਼ਿਆਦਾ ਕਿਉਂ ਹੈ? ਆਫਟਰ ਆਲ ਇਹ ਬਰਡਨ ਤਾਂ ਜਿਹੜਾ ਹੈਗਾ ਆਮ ਪਬਲਿਕ ਦੇ ਉੱਤੇ ਹੀ ਪੈ ਰਿਹਾ। ਮੈਂ ਇਹ ਜਾਣਨਾ ਚਾਹੁੰਦਾ, ਇਹ ਜਵਾਬ ਦੇ ਦੇਣ ਇਹਨਾਂ ਦਾ ਕਿ ਇਹ ਕਿਉਂ ਹੈਗਾ। ਹੋ ਸਕਦਾ ਕਿ ਫਿਰ ਮੇਰੀ ਜੋ ਮੈਨੂੰ ਕਲੈਰੀਫਾਈ ਹੋ ਜਾਵੇ, ਇਹ ਮੈਨੂੰ ਤੁਸੀਂ ਇਹ ਜਵਾਬ ਲੈ ਕੇ ਦੇ ਸਕਦੇ ਹੋ। ਇਹ ਚੁਣੌਤੀ ਅਗਲੀ ਸਰਕਾਰ ਲਈ ਵੀ ਰਹੇਗੀ। ਜੀ ਜੀ ਠੀਕ ਠੀਕ ਹੈ। ਐਨ ਕੇ ਸ਼ਰਮਾ ਸਾਹਿਬ ਜਵਾਬ ਦੇਣਾ ਚਾਹ ਰਹੇ ਨੇ ਇਸਦਾ। ਇੱਕ ਤਾਂ ਗੁਰਪ੍ਰੀਤ ਜੀ, ਮੈਂ ਪਿਛਲੀ ਡਿਬੇਟ 'ਚ ਕਿਹਾ ਸੀਗਾ ਜੀ ਸਰ ਵੀ ਬਹੁਤ ਸਾਰੇ ਪਰਿਵਾਰ ਪੰਜਾਬ 'ਚ ਇਹੋ ਜਿਹੇ ਆ ਜਿਹਨਾਂ ਦਾ ਬਿੱਲ 50 ਰੁਪਏ ਜਾਂ 100 ਰੁਪਏ ਹੀ 2 ਮਹੀਨੇ ਬਾਅਦ ਆਉਂਦਾ ਹੈਗਾ ਜੀ। ਮੈਂ ਤੁਹਾਨੂੰ ਇਹਨੂੰ ਫੈਕਟਸ ਮੈਂ ਦੱਸਦੇ, ਮੈਂ ਤੁਹਾਨੂੰ ਕਿਸੇ ਵੀ ਬਿਜਲੀ ਬੋਰਡ ਦੇ SDO ਜਾਂ JEE ਨਾਲ ਗੱਲ ਕਰਵਾਉਂਦੇ ਹਾਂ TV 'ਤੇ ਜੀ, ਜਿਹੜਾ ਦੱਸੂਗਾ ਵੀ ਘੱਟ ਤੋਂ ਘੱਟ 5-7 ਹਜ਼ਾਰ ਬੰਦੇ ਇਹੋ ਜਿਹੇ ਹੋਣੇ ਜਿਹੜੇ 2 ਮਹੀਨੇ ਬਾਅਦ ਬਿੱਲ ਹੀ ਨਹੀਂ ਦਿੰਦੇ। SCBC ਪਰਿਵਾਰ ਉਹਨਾਂ ਦਾ ਬਿੱਲ ਹੀ ਨਹੀਂ ਆਉਂਦਾ। ਕਹੋ ਤਾਂ ਮੈਂ ਹੁਣੇ ਡਾਇਲ ਕਰਾਂ, ਦੇਖੋ 9461-10-132 ਆ ਲਿਓ ਹੁਣੇ ਵੇਰਕਾ ਸਾਹਿਬ ਸੁਣ ਲੈਣਾ, SDO ਜੀਰਕਪੁਰ ਦਾ ਨੰਬਰ ਆ, ਮੈਂ ਤੁਹਾਨੂੰ ਹੁਣੇ ਸੁਣਾਵਾਂ ਤੁਹਾਨੂੰ TV 'ਤੇ ਜੀ ਜੀ ਠੀਕ 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 ਹੈ। ਜਿਹਨਾਂ ਦਾ ਬਿੱਲ 2 ਮਹੀਨੇ ਦਾ SCBC ਦੇ 350 ਯੂਨਿਟ ਬਣਦੇ ਆ ਜਦਕਿ 400 ਫ੍ਰੀ ਆ, 0 ਬਿੱਲ ਆਉਂਦਾ ਹੈਗਾ। ਘੱਟ ਤੋਂ ਘੱਟ 5,000 ਪਰਿਵਾਰ ਇਕੱਲੇ ਜੀਰਕਪੁਰ 'ਚ ਇਹੋ ਜਿਹੇ ਆ ਵੇਰਕਾ ਸਾਹਿਬ। ਆ ਮੈਂ ਤੁਹਾਨੂੰ ਹੁਣੇ SDO ਹੈਲੋ SDO ਸਾਹਿਬ ਮੈਨੂੰ ਇੱਕ ਦੱਸਿਓ ਵੀ ਜੀਰਕ ਵਿੱਚ ਕਿੰਨੇ ਪਰਿਵਾਰ ਆ ਜਿਨ੍ਹਾਂ ਦੇ 200 ਯੂਨਿਟ ਮਹੀਨੇ ਦੇ ਮਾਫ ਆ, ਕਿੰਨੇ ਕੁ ਆਉਣੇ ਐਵਰੇਜ ਘੱਟ ਤੋਂ ਘੱਟ? ਜੀਰਕ ਵਿੱਚ ਕਿੰਨੇ ਕੁ ਪਰਿਵਾਰ ਆਉਣੇ ਜਿਨ੍ਹਾਂ ਦੇ 200 ਯੂਨਿਟ ਮਾਫ ਹੈਗੇ ਆ? ਕਿੰਨਾ ਕੁ ਬਿੱਲ ਆਉਂਦਾ ਹੋਣਾ SDO ਸਾਹਿਬ ਉਹਨਾਂ ਦਾ ਜਿਹੜੇ 11,000 ਪਰਿਵਾਰ ਆ 2 ਮਹੀਨੇ ਬਾਅਦ? ਕਿੰਨੇ ਕੁ ਪਰਿਵਾਰਾਂ ਦਾ ਆਉਂਦਾ ਹੋਣਾ ਐਵਰੇਜ 11,000 ਚੋਂ 0 ਬਿੱਲ? ਕਿੰਨੇ ਕੁ ਹੋਣੇ ਮਤਲਬ 11,000 ਚੋਂ ਬੰਦੇ ਜਿਨ੍ਹਾਂ ਦਾ 0 ਬਿੱਲ ਆਉਂਦਾ ਹੋਣਾ? 2,000-4,000-5,000 ਕੋਈ ਹੋਊਗਾ ਇਹਨਾਂ ਚ? ਹੈਲੋ SDO ਸਾਹਿਬ ਠੀਕ 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 ਹੈ ਸ਼ਰਮਾ ਸਾਹਿਬ। ਹੈਲੋ ਆਲਮੋਸਟ 11,000 ਪਰਿਵਾਰ ਜੀਰਕਪੁਰ ਚ ਇਹੋ ਜਿਹੇ ਆ ਜਿਨ੍ਹਾਂ ਦਾ 0 ਬਿੱਲ ਆਉਂਦਾ ਆ ਵੇਰਕਾ ਸਾਹਿਬ। ਮੈਂ ਤੁਹਾਨੂੰ ਫਿਗਰਾਂ ਦੇ ਦਿਆਂ, ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰਿਆ ਕਰੋ SCBC ਦੇ ਨਾਂ ਤੇ। SDO ਆ, ਮੈਂ ਤੁਹਾਨੂੰ ਨੰਬਰ ਦਵਾਂ 9641-10-132, ਤੁਸੀਂ ਗੱਲ ਕਰ ਲਿਓ ਆਪਣੇ ਹਲਕੇ ਦੇ SDO ਤੋਂ, ਕਨਫਰਮ ਕਰ ਲਿਓ। ਅੱਛਾ ਠੀਕ ਠੀਕ ਹੈ, ਇਸਦਾ ਜਵਾਬ ਲੈ ਲਈਏ ਹੁਣ ਵੇਰਕਾ ਸਾਹਿਬ ਤੋਂ। ਵੀ 200-400 ਯੂਨਿਟ ਸ਼ਰਮਾ ਸਾਹਿਬ ਪਲੀਜ਼ ਇਸਦਾ ਜਵਾਬ ਵੀ ਲੈ ਲਈਏ। ਗੱਲ ਕਰਾਂ ਕਣਾ ਮੈਂ ਤੁਹਾਨੂੰ ਨੰਬਰ ਦੱਸ ਦੇ SDO ਦਾ, ਗੱਲ ਕਰਾਂ ਕਣਾ। ਸ਼ਰਮਾ ਜੀ ਪਲੀਜ਼ ਉਹਨਾਂ ਨੂੰ ਵੀ ਜਵਾਬ ਦੇਣ ਦਿਓ ਸਰ। ਅੱਛਾ ਗੱਲ ਕਰਾਂ ਕਣਾ ਹੁਣ ਮੈਂ ਕਰੋ ਗੱਲ ਇਹ ਆ ਸ਼ਰਮਾ ਜੀ ਮੈਂ ਉਹ ਸ਼ਖਸਾ ਜਿਹਦੇ ਕੋਲ ਹਰ ਸਰਕਾਰ ਦੀ ਜਨਮ ਪੱਤਰੀ ਹੈਗੀ ਹੈ, ਔਰ ਮੈਨੂੰ ਗਰਾਊਂਡ ਲੇਵਲ ਬਾਰੇ ਬੜੀ ਚੰਗੀ ਤਰ੍ਹਾਂ ਪਤਾ। ਔਰ ਇੱਕ ਕੰਮ ਕਰੋ, ਹੁਣ ਇੱਕ ਰੈਫਰੈਂਡਮ ਕਰਾਈਏ ਆਪਾਂ ਇੱਥੋਂ ਹੁਣ ਚੈਨਲ ਤੋਂ ਇੱਕ। ਉਹ ਮੇਰੇ ਕੋਲ ਇੱਥੇ 11,000 ਪਰਿਵਾਰ ਉਹ ਆਇਆ ਜਿਨ੍ਹਾਂ ਦਾ 11,000 ਪਰਿਵਾਰ ਜੀਰੋ ਬਿੱਲ। ਉਹ ਤੁਸੀਂ ਮੇਰੀ ਗੱਲ ਸੁਣੋ, ਹੁਣ 5,000 ਆਊਗਾ, ਤੁਸੀਂ AC ਨਹੀਂ ਚਲਾਉਂਦੇ ਹੈਗੇ? ਕਰਾਓ, ਤੁਸੀਂ ਆਪਣੇ ਆਪ ਨੂੰ ਦਲਿਤ ਸਮਝ ਰਹੇ ਆ? ਮੇਰਾ ਨਹੀਂ, ਤੁਸੀਂ 6-6 AC ਲਾਉਂਦੇ ਆ, ਮੇਰਾ 5,000 ਆਊਗਾ ਜੀ। ਜਿਹੜਾ ਗਰੀਬ AC ਆ 11,000 ਪਰਿਵਾਰ 30,000 ਹੁੰਦਾ।
ਫਿਰ ਤੁਸੀਂ ਦਸ ਦਸ ਏਸੀ ਲਾਉਂਦੇ ਆ ਨਾ ਜੀ। ਗੱਲ ਸੁਣੋ, ਪੰਜਾਬ ਚ ਮੈਂ 11,000 ਪਰਿਵਾਰ ਕਿਹਾ, ਤੁਸੀਂ 11,000 ਦੀ ਗੱਲ ਕਰਦੇ ਹੋ। ਮੈਂ ਕਿਹਾ 70,00,000 ਪਰਿਵਾਰ ਹੈ ਸਟੂਲਕਾਸ ਇੱਥੇ ਪੰਜਾਬ ਚ। ਮੈਂ ਕੱਲੇ ਇੱਕ ਸ਼ਹਿਰ ਦੀ ਗੱਲ ਕਰੀ ਜੀਰਕਪੁਰ ਦੀ, ਮੈਂ ਕੱਲੇ ਇੱਕ ਸ਼ਹਿਰ ਦੀ ਗੱਲ ਕਰੀ ਜੀਰਕਪੁਰ ਦੀ। ਮੈਂ 5,000 ਕਿਹਾ ਸੀਗਾ ਸਵੇਰੇ ਸਵੇਰੇ 11,000 ਬਿੱਲ ਲੈ ਕੇ ਆਜੂ, ਜਿਨ੍ਹਾਂ ਨੂੰ ਕੋਈ ਬਿੱਲ ਨਹੀਂ ਆਉਂਦਾ ਸਵੇਰੇ ਲੈ ਕੇ ਆਜੂ। ਰੱਖੋ ਟਾਈਮ, 11 ਨਹੀਂ ਲੱਭਣੇ, 11 ਕਰੋ ਨਹੀਂ ਦੱਸੋ ਸੈੱਟ ਕਰੋ, ਜਾਂ ਮੈਂ ਰਜਾਈਨ ਦੇ ਕੇ ਜਾਓ ਰਾਜਨੀਤੀ ਤੋਂ, ਜਾਂ ਤੁਸੀਂ ਦੇ ਕੇ 11,000 ਲੈ ਕੇ ਆਓ ਨਹੀਂ ਲੱਭਣੇ ਤੁਹਾਨੂੰ, 11,000 ਲੈ ਕੇ ਆਓ, ਰੱਖੋ ਰੈਜ਼ਿਗਨੇਸ਼ਨ ਤੁਸੀਂ। ਰਜਾਈਨ ਰੱਖ ਕੇ ਜਾਓ, ਮੈਂ ਵੀ ਰੱਖ ਕੇ ਜਾਊਂਗਾ, ਜਾਂ ਮੈਂ 11,000 ਲੈ ਕੇ ਆਊਂਗਾ, ਨਹੀਂ ਤਾਂ ਮੈਂ ਆਪਣਾ ਰਜਾਈਨ ਦੇ ਕੇ ਜਾਊਂਗਾ, ਜਾਂ ਤੁਸੀਂ ਰੱਖਿਓ ਕਰੋ ਸੈਟ ਭਾਈ, ਕਰੋ ਕੱਲ ਹੀ 11,000 ਲੈ ਕੇ ਆਊਂਗਾ ਜੀ। ਉਹ ਸ਼ਰਮਾ ਜੀ, ਇੱਕ ਸ਼ਹਿਰ ਤੋਂ ਲੈ ਕੇ ਆਊਂ 11,000 ਪਰਿਵਾਰ, ਹੁਣ ਕੋਈ ਬਹੁਤ ਹੀ ਲੰਬੀ ਗੱਲ ਨੀ, ਕੱਲ ਨੂੰ ਉਹ 11 ਤਰੀਕ ਨੂੰ ਪੰਜਾਬ ਦੇ ਸਾਰੇ ਲੋਕ ਸੁਣ ਰਹੇ ਆ, ਠੀਕ ਹੈ ਸਰ, ਪੰਜਾਬ ਦੇ ਸਾਰੇ ਲੋਕ ਸੁਣ ਰਹੇ ਆ, ਪੂਰੇ ਪੰਜਾਬ ਦੇ ਸਾਹਮਣੇ ਕਹਿ ਰਿਹਾ ਵੀ ਪੂਰੀ ਜ਼ਿੰਦਗੀ ਰਾਜਨੀਤੀ ਨਹੀਂ ਕਰੂ, 11,000 ਬਿੱਲ ਜੀਰੋ ਲੈ ਕੇ ਆਊ ਕੱਲ ਨੂੰ, ਕਰੋ ਮੇਰੇ ਨਾਲ ਚੈਲੰਜ। ਸ਼ਰਮਾ ਜੀ ਰਾਜਨੀਤੀ ਛੱਡਦੇ ਆ, ਮੈਂ ਛੱਡ ਦੇ, ਮੈਂ ਕਹਿ, ਮੇਰੀ ਗੱਲ ਤੇ ਸੁਣ ਲਓ, ਇਹ ਕਰਾਣਾ ਦਾ ਸੈਪਟ, ਤੁਸੀਂ ਉਹ ਗੱਲ ਤੋਂ ਕਿਉਂ ਭੱਜ ਰਹੇ ਆ, ਤੁਸੀਂ ਗੱਲ ਤੋਂ ਕਿਉਂ ਭੱਜ ਰਹੇ ਆ, ਇਹਨੂੰ ਕੋਈ ਚੈਲੰਜ ਕਰੇ ਮੇਰੇ ਨਾਲ, ਬਿਲਕੁਲ ਮੈਂ ਕਰ ਰਿਹਾ, ਤੁਹਾਨੂੰ ਕਿਹਾ ਕਿ ਮੇਰੇ ਕੋਲ, ਮੈਂ ਆਪਣੇ ਮੁੱਖ ਮੰਤਰੀ ਤੋਂ ਛੁਡਾ ਲਈ ਜੇ 11,000 ਨਾ ਲੈ ਕੇ ਆਇਆ, ਮੈਂ ਤੁਹਾਨੂੰ, ਤੁਸੀਂ ਮੈਂ ਤੁਹਾਨੂੰ ਕਹਿ ਰਿਹਾ ਉਹਨਾਂ ਤੋਂ ਵੀ ਕਰਵਾ ਦਿਓ ਜੇ 11,000 ਨਾ ਲੈ ਕੇ ਆਇਆ ਕੱਲ ਨੂੰ ਬਿੱਲ, ਟੋਟਲ ਪੰਜਾਬ, ਮੈਂ ਡਿਟੇਲ ਲੈ ਕੇ ਆਉਂ, ਕੀ ਵਿਚਾਰੇ ਦੁਖੀ ਐਨੇ ਪੰਜਾਬ ਚ ਬਿਜਲੀ ਦੇ ਬਿੱਲਾਂ ਤੋਂ ਦੁਖੀ ਆ ਪੂਰਾ ਪੰਜਾਬ, ਤਾਂ ਇੱਕ ਵੀ ਨਹੀਂ ਹੈਗਾ, ਮੈਂ ਤੁਹਾਨੂੰ 11,000 ਕਿੰਨੇ ਜੀਰਕਪੁਰ ਦੇ ਦੱਸਦੇ, ਠੀਕ ਹੈ ਸਰ, ਸਰ ਤੁਸੀਂ ਆਪਣੀ ਗੱਲ ਚੈਲੰਜ ਕਰ ਰਹੇ ਹੋ, ਮੇਰੇ ਕਦਾਂ ਉੱਥੇ ਖੜੋ, ਤੁਸੀਂ ਦੋਵੇਂ ਆਪੋ ਆਪਣਾ ਜੋ ਚੈਲੰਜ ਕੀਤਾ ਜਾ ਰਿਹਾ ਸੀ ਪੂਰਾ ਕਰੋ, ਗੁਰਪ੍ਰੀਤ ਜੀ 11,000 ਲੈ ਕੇ ਆਓ, ਠੀਕ ਹੈ ਸਰ, ਠੀਕ ਹੈ ਸ਼ਰਮਾ ਸਾਹਿਬ, ਤੁਸੀਂ ਵੀ ਆਪਣੇ ਆਪਣੇ ਰੱਖੇ ਨੇ, ਵਿਰਕਾ ਸਾਹਿਬ ਵੀ ਰੱਖ ਰਹੇ ਨੇ, ਮੈਂ ਬਾਕੀ ਮਹਿਮਾਨਾਂ ਕੋਲ ਵੀ ਚਲਾ ਜਾਵਾਂ, ਜੋਸ਼ੀ ਸਾਹਿਬ, ਇੰਦਰਪ੍ਰੀਤ ਸਿੰਘ ਜੀ ਨੇ ਕੁਝ ਸਵਾਲ ਚੁੱਕੇ ਸਨ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਇਸ ਕਰਕੇ ਕੀ ਹੈ ਕਿ ਉਸ ਦੇ ਕਰਕੇ ਵੀ ਕੁਝ ਨਾ ਕੁਝ ਜੋ ਹੈ ਉਹ ਬੋਝ ਪੈ ਰਿਹਾ, ਲੋਕੀ ਦੱਸਣਗੇ ਕੌਣ ਝੂਠ ਬੋਲ ਰਿਹਾ, ਵਿਰਕਾ ਸਾਹਿਬ ਜਿਹੜਾ ਨੰਬਰ ਮੈਂ ਦਿਆ ਉਹ ਵੀ ਉਸ ਨੰਬਰ ਤੇ ਫੋਨ ਕਰ ਲਿਓ, ਨਹੀਂ ਅਗਰ ਟੀਵੀ ਤੇ ਬੈਠੇ ਆ, ਮੈਂ ਗੁਰਪ੍ਰੀਤ ਜੀ ਤੁਸੀਂ ਫੋਨ ਕਰਕੇ ਸੁਣਾ ਦਿਓ ਕਿਸੇ ਵੀ ਅੱਜ ਉਹਨਾਂ ਨਾਲ ਗੱਲ ਕਰ ਲਿਓ ਸਰ, ਪਲੀਜ਼ ਮੇਰੀ ਤੁਹਾਨੂੰ ਦੋਹਾਂ ਨੂੰ ਰਿਕੁਐਸਟ ਹੈ, ਮੈਂ ਬਾਕੀ ਮਹਿਮਾਨਾਂ ਨੂੰ ਵੀ ਸ਼ਾਮਿਲ ਕਰ ਲਾਂ, ਜੋਸ਼ੀ ਸਾਹਿਬ ਤੋਂ ਸਵਾਲ, ਐਵੇਂ ਵੇਰਕਾ ਸਾਹਿਬ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ, ਮੈਂ ਤਾਂ ਫਿਕਰ ਆ ਬਿੱਲ ਲੈ ਕੇ ਆਉਣ ਨੂੰ ਤਿਆਰ ਹਾਂ, ਉਹ ਐਸ ਟੀ ਓ ਦੀ ਬਦਲੀ ਕਰਾ ਕੇ ਤੁਸੀਂ ਆਪਣੇ ਕੋਲ ਆਇਆ, ਡਰਦਾ ਕਿਤੇ ਕਿਤੇ ਮੈਨੂੰ ਕਿਤੇ ਸਸਪੈਂਡ ਨਾ ਕਰਾ ਦੇਣ, ਉਹ ਵਿਚਾਰਾ ਕੀ ਬੋਲੇਗਾ ਗਰੀਬ ਆਦਮੀ, ਠੀਕ ਹੈ ਸਰ, ਜੀ ਉਹਨੂੰ ਮੈਂ ਦੱਸਿਆ ਸੀਗਾ ਵੀ ਮੈਂ ਜੀ ਟੀਵੀ ਤੇ ਬੈਠਿਆ, ਠੀਕ ਹੈ ਸਰ, ਮੇਰਕਾ ਜੋਸ਼ੀ ਸਾਹਿਬ, ਮੈਂ ਤੁਹਾਨੂੰ ਫਿਕਰਾਂ ਲੈ ਕੇ ਆਉਂ, ਗੱਲ ਕਰੋ, ਦੇਖਦਾ ਮੈਂ ਉਹ, ਚਲੋ ਕੱਲ ਦੇਖਦੇ ਆ, ਨਹੀਂ ਦੇਖਦਾ ਪਿਆ ਕੋਈ ਐਸਡੀਓ ਝੂਠ ਬੋਲਦਾ ਟੀਵੀ ਤੇ, ਮਾੜੀ ਮੋਟੀ ਸ਼ਰਮ ਕਰੋ, ਤੁਸੀਂ ਐਵੇਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ, ਲੈ ਲੈ ਕਮਾਲ ਹੈ, ਮੈਂ ਤੁਹਾਨੂੰ ਨੰਬਰ ਦੇ ਰਿਹਾ, ਗੁਰਪ੍ਰੀਤ ਜੀ ਫੋਨ ਕਰ ਲੈਣ ਕਿਸੇ ਵੀ, ਠੀਕ ਹੈ ਸਰ, ਪੰਜਾਬ ਦੇ, ਅੱਛਾ ਚਲੋ ਲੋਕਾਂ ਨੂੰ ਪੁੱਛੋ, ਲੋਕਾਂ ਨੂੰ ਪੁੱਛੋ ਲੋਕੀ ਕਹਿਣਗੇ ਸ਼ਰਮਾ ਜੀ ਝੂਠ ਬੋਲ ਰਹੇ, ਲੋਕਾਂ ਨੂੰ ਪੁੱਛੋ, ਲੋਕਾਂ ਨੂੰ ਕਿਹਾ ਮੈਂ ਤਾਂ ਬਿੱਲ ਲੈ ਕੇ ਆਉਣ ਨੂੰ ਤਿਆਰ ਹਾਂ, ਵੇਰਕਾ ਜੀ ਤੁਸੀਂ ਝੂਠ ਬੋਲ ਰਹੇ, ਕਿਸੇ ਵੀ ਐਸਸੀ ਪਰਿਵਾਰ ਨੂੰ ਮੈਂ ਤੁਹਾਨੂੰ 50 ਨੰਬਰ ਦੇ, ਅੱਛਾ
ਲਗਾਤਾਰ ਅਸੀਂ ਇੱਕੋ ਚੀਜ਼ ਤੇ ਗੱਲ ਕਰੀ ਜਾ ਰਹੇ ਹਾਂ। ਮੈਂ ਜੋਸ਼ੀ ਸਾਹਿਬ, ਮੇਰਾ ਸਵਾਲ ਤੁਹਾਡੇ ਤੋਂ ਇਹ ਸੀਗਾ, ਇੰਦਰਪ੍ਰੀਤ ਸਿੰਘ ਜੀ ਨੇ ਕੁਝ ਗੱਲਾਂ ਕਹੀਆਂ ਸੀਗੀਆਂ, ਉਹਨਾਂ ਦਾ ਇਹੀ ਕਹਿਣਾ ਸੀਗਾ ਕਿ ਜਿਹੜੀ ਤਨਖਾਹ ਦਾ ਮਾਮਲਾ ਉਹ ਵੀ ਕਿਤੇ ਨਾ ਕਿਤੇ ਅਫੈਕਟ ਕਰਦਾ ਇਸ ਪੂਰੇ ਮੁੱਦੇ ਨੂੰ ਲੈ ਕੇ। ਉਹਨਾਂ ਨੇ ਵੀ ਤੁਹਾਡੇ ਤੋਂ ਇੱਕ ਸਵਾਲ ਪੁੱਛਿਆ ਸੀਗਾ ਕਿ ਵੱਖ ਵੱਖ ਕਮਿਸ਼ਨ ਵੇਰਕਾ ਸਾਹਿਬ ਐਕਸ਼ੀਅਨ ਦਾ ਨੰਬਰ ਦਿਓ, ਮੈਂ ਕਾਲ ਕਰ ਲਏ ਆ। ਤੁਸੀਂ ਆਪਣੇ ਹਲਕੇ ਦੇ ਐਕਸ਼ੀਅਨ ਦਾ ਨੰਬਰ ਦਿਓ, ਮੈਂ ਕਾਲ ਕਰਾਂ ਉਹਨੂੰ। ਠੀਕ ਹੈ, ਤੁਹਾਨੂੰ ਦੇਣਾ ਇਹ ਪਹਿਲੇ ਇਹਨਾਂ ਵਿਚਾਰਿਆਂ ਨੂੰ ਸੁਣ ਲਈਏ। ਜੀ 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 ਜੋਸ਼ੀ ਸਾਹਿਬ ਸਰ, ਦੇਖੋ ਗੁਰਪ੍ਰੀਤ ਜੀ, ਗੱਲ ਇਹ ਹੈ ਕਿ ਬਈ ਕੁਛ ਮਸਲੇ ਤਾਂ ਜਿਹੜੇ ਰਹਿੰਦੇ ਨੇ ਉਹ ਮਸਲੇ ਸਰਕਾਰਾਂ ਦੇ, ਯੂਨੀਅਨ ਦੇ ਔਰ ਸਰਕਾਰਾਂ ਦੀ ਇੰਪਲੋਈਜ਼ ਪ੍ਰਤੀ ਪੋਲਿਸੀਜ਼ ਦੇ ਰਹਿੰਦੇ ਨੇ ਜੀ, ਔਰ ਉਹਨਾਂ ਦੇ ਤਹਿਤ ਜਿਹੜੇ ਹੈ ਆਪਣੇ ਆਪਣੇ ਨਿਰਣੇ ਹੁੰਦੇ ਨੇ। ਲੇਕਿਨ ਅੱਜ ਦਾ ਜੇ ਅਸੀਂ ਬਿਜਲੀ ਵਾਲੇ ਮੁੱਦੇ 'ਤੇ ਪੂਰੀ ਤਰ੍ਹਾਂ ਫੋਕਸ ਕਰੀਏ, ਜੀ ਜੀ, ਇੱਕ ਗੱਲ ਪੰਜਾਬ 'ਚ ਇਸਟੈਬਲਿਸ਼ ਹੋ ਗਈ ਹੈ, ਪੂਰੇ ਦੇਸ਼ 'ਚ ਇਸਟੈਬਲਿਸ਼ ਹੋ ਗਈ ਹੈ ਕਿ ਪੰਜਾਬ ਜਿਹੜਾ ਹੈ ਇਲੈਕਟ੍ਰਿਸਿਟੀ ਸਰਪਲਸ ਸਟੇਟ ਬਣ ਚੁੱਕਿਆ ਹੈ। ਠੀਕ ਹੈ, ਤੁਹਾਡੀ ਰਿਪੋਰਟ ਠੀਕ ਹੋ ਸਕਦੀ ਹੈ, ਤਰਨ ਤਾਰਨ 'ਚ ਬਿਜਲੀ ਨਹੀਂ ਹੈ, ਲੁਧਿਆਣਾ 'ਚ ਬਿਜਲੀ ਨਹੀਂ ਹੈ, ਕਿਤੇ ਬਿਜਲੀ ਨਹੀਂ ਹੈ, ਇਹ ਹੋ ਸਕਦਾ ਹੈ, ਪਰ ਉਹਦੇ ਕੋਈ ਨਾ ਕੋਈ ਲੋਕਲ ਟਰਾਂਸਮਿਸ਼ਨ ਡਿਸਟ੍ਰੀਬਿਊਸ਼ਨ ਕੋਈ ਨਾ ਕੋਈ ਲੋਕਲ ਕਾਰਨ ਰਹਿ ਸਕਦੇ ਨੇ, ਪਰ ਸਟੇਟ ਦੇ ਇਲੈਕਟ੍ਰਿਸਿਟੀ ਡੈਫੀਸਿਟ ਨਹੀਂ ਹੈ। ਇਹ ਉਹ ਸਟੇਟ ਬਣ ਗਿਆ ਜਿੱਥੇ 24 ਘੰਟੇ ਬਿਜਲੀ ਮਿਲਦੀ ਹੈ, ਔਰ 24 ਘੰਟੇ ਜਿਹੜੀ ਬਿਜਲੀ ਮਿਲਦੀ ਹੈ ਚਾਹੇ ਤੁਸੀਂ ਘਰੇਲੂ ਚੱਕ ਲਓ ਉਹ ਵੀ ਇੰਡੀਆ ਸਭ ਤੋਂ ਸਸਤੀ ਹੈ, ਵਪਾਰਕ ਚੱਕ ਲਓ ਉਹ ਵੀ ਸਸਤੀ ਹੈ, ਖੇਤੀਬਾੜੀ ਨੂੰ ਤਾਂ ਅਸੀਂ ਫ੍ਰੀ ਬਿਜਲੀ ਕਰਤੀ ਹੋਈ ਹੈ, ਉਦਯੋਗਿਕ ਜਿਹੜੇ ਛੋਟੇ ਸਕੇਲ ਵਾਲੇ ਨੇ ਉਹਨੂੰ 7.4 ਹੈ, ਉਦਯੋਗਿਕ ਜਿਹੜੇ ਦਰਮਿਆਨੇ ਨੇ 7.66 ਹੈ, ਉਦਯੋਗਿਕ ਵੱਡੇ 7.76, ਮਤਲਬ ਕੁੱਲ ਮਿਲਾ ਕੇ ਤੁਸੀਂ ਸਟੇਟਸ ਨਾਲ ਕੰਪੇਅਰ ਕਰੋ, ਅਸੀਂ ਚੀਪੈਸਟ ਪਾਵਰ ਦੇ ਰਹੇ ਹਾਂ, ਸਰਪਲਸ ਪਾਵਰ ਸਟੇਟ ਬਣਾਤਾ ਹੈ। ਹੁਣ ਠੀਕ ਹੈ, ਇਹ ਨਹੀਂ ਜਿਹੜਾ ਜਿਹੜਾ ਦੂਜਾ ਤੁਸੀਂ ਮੁੱਦਾ ਲੈ ਰਹੇ ਹੋ ਕਿਤੇ ਨਾ ਕਿਤੇ ਬਿਜਲੀ ਜਾ ਰਹੀ ਹੈ, ਉਹਦੇ ਪਿੱਛੇ ਕਿਤੇ ਨਾ ਕਿਤੇ ਜਿਹੜਾ ਸਾਡਾ ਇਹ ਇਲੈਕਟ੍ਰਿਸਿਟੀ ਡਿਸਟ੍ਰੀਬਿਊਸ਼ਨ ਸਿਸਟਮ ਹੈ, ਇਹ ਜ਼ਿੰਮੇਵਾਰ ਹੈ। ਤੁਹਾਨੂੰ ਯਾਦ ਹੋਏ ਮੋਦੀ ਜੀ ਸਰਕਾਰ ਨੇ ਇੱਕ ਸਕੀਮ ਇੰਟਰੋਡਿਊਸ ਕੀਤੀ ਹੈ, ਉਹਦੇ ਤਹਿਤ ਪੂਰੇ ਇੰਡੀਆ ਦੇ ਅੰਦਰ ਇਲੈਕਟ੍ਰਿਸਿਟੀ ਦੀ ਲਾਈਨਸ ਚੇਂਜ ਕੀਤੀ ਜਾ ਰਹੀ, ਖਾਸ ਕਰਕੇ ਰੂਰਲ ਏਰੀਆਜ਼ ਦੇ ਅੰਦਰ ਦੀਨ ਦਿਆਲ ਉਪਾਧਿਆਏ ਰੂਰਲ ਇਲੈਕਟ੍ਰੀਫਿਕੇਸ਼ਨ ਸਕੀਮ ਹੈ, ਉਹਦੇ ਤਹਿਤ ਕੇਂਦਰ ਸਰਕਾਰ ਆਪਣੇ ਖਰਚੇ ਦੇ ਉੱਪਰ ਸਾਰੇ ਦੇਸ਼ ਦੀ ਜਿਹੜੀ ਹੈ ਉਹ ਕਰ ਰਹੀ ਹੈ, ਔਰ 2022 ਤੱਕ ਹਰ ਪਿੰਡ ਨੂੰ ਬਿਜਲੀ ਨਾਲ ਉਹ ਕੁਨੈਕਟ ਕਰਨ ਦਾ ਉਹਨਾਂ ਨੇ ਟੀਚਾ ਵੀ ਲਿਆ ਹੈ। ਜਦ ਉਹ ਲਾਈਨਸ ਵਾਪਿਸ ਪੈ ਜਾਣਗੀਆਂ, ਨਈ ਲਾਈਨਸ ਪੈ ਜਾਣਗੀਆਂ, ਉਸ ਤੋਂ ਬਾਅਦ ਜਿਹੜੀ ਇਹ ਚਾਹੇ ਤਰਨ ਤਾਰਨ ਦੀ ਹੈ ਚਾਹੇ ਕਿਤੋਂ ਹੋਰ ਸ਼ਿਕਾਇਤ ਆ ਰਹੀ ਹੈ, ਮੇਰੇ ਹਿਸਾਬ ਨਾਲ ਉਹ ਸ਼ਿਕਾਇਤ ਆਉਣੀ ਵੀ ਬੰਦ ਹੋ ਜਾਏਗੀ। ਪਰ ਘੱਟ ਤੋਂ ਘੱਟ ਇਹ ਗੱਲ ਨਹੀਂ ਹੈ ਕਿ ਇਹ ਬਿਜਲੀ ਡੈਫੀਸਿਟ ਸਟੇਟ ਹੈ, ਇੱਥੇ ਸਰਕਾਰ ਕੋਈ ਵਿਗਿਆਪਨ ਨਹੀਂ ਦੇ ਰਹੀ ਕਿ ਆਪਣੀ ਦੁਕਾਨਾਂ ਬੰਦ ਕਰੋ ਸਾਡੇ ਕੋਲ ਬਿਜਲੀ ਘੱਟ ਹੈ, ਸਰਕਾਰ ਵਿਗਿਆਪਨ ਨਹੀਂ ਦੇ ਰਹੀ ਕਿ 2 ਦਿਨ ਕਾਰਖਾਨੇ ਬੰਦ ਰੱਖੋ ਸਾਡੇ ਕੋਲ ਬਿਜਲੀ ਘੱਟ ਹੈ, ਸਰਕਾਰ ਵਿਗਿਆਪਨ ਨਹੀਂ ਦੇ ਰਹੀ ਸਰਕਾਰੀ ਦਫ਼ਤਰਾਂ ਟਾਈਮ ਅਸੀਂ ਸਵੇਰੇ ਕਰਤਾ ਹੈ ਗਰਮੀਆਂ 'ਚ ਤਾਂ ਕਿ ਸਾਡੇ ਕੋਲ ਬਿਜਲੀ ਘੱਟ ਹੈ, ਇਹੋ ਜਿਹਾ ਕਦੀ ਨਹੀਂ ਹੋਇਆ ਸਾਡੇ ਰਾਜ 'ਚ ਕਿਉਂਕਿ ਸਾਡੇ ਕੋਲ ਬਿਜਲੀ ਸਰਪਲਸ ਸਟੇਟ ਅਸੀਂ ਬਣਾ ਚੁੱਕੇ ਹਾਂ। ਠੀਕ ਹੈ, ਠੀਕ ਹੈ, ਮੈਂ ਵੇਰਕਾ ਸਾਹਿਬ ਤੋਂ ਜਵਾਬ ਲਵਾਂਗਾ, ਫਿਰ ਇੰਦਰਪ੍ਰੀਤ ਜੀ ਤੁਹਾਡੇ ਕੋਲ ਆਊਂਗਾ। ਵੇਰਕਾ ਸਾਹਿਬ, ਜੋਸ਼ੀ ਸਾਹਿਬ ਉਹੀ ਸਵਾਲ ਚੁੱਕ ਰਹੇ ਨੇ ਵਾਰ ਵਾਰ ਕਿ ਇਸ਼ਤਿਹਾਰ ਦਿੱਤੇ ਜਾਂਦੇ ਸੀਗੇ ਤੁਹਾਡੀ ਸਰਕਾਰ ਸਮੇਂ, ਪਰ ਹੁਣ ਬੀਤੇ 10 ਸਾਲਾਂ ਤੋਂ ਕੋਈ ਅਜਿਹਾ ਇਸ਼ਤਿਹਾਰ ਨਹੀਂ ਦਿੱਤਾ ਜਾਂਦਾ ਕਿ ਦਫ਼ਤਰ 9 ਵਜੇ ਬੰਦ ਕੀਤੇ ਜਾਣ, ਮਾਲ 9 ਵਜੇ ਤਾਲਾ ਲਾ ਦਿੱਤਾ ਜਾਵੇ ਮਾਲ 'ਤੇ। ਦੇਖੋ ਗੁਰਪ੍ਰੀਤ ਜੀ, ਇਹ ਕਹਿ ਰਹੇ ਆ ਕਿ ਬਿਜਲੀ ਬੋਰਡ ਵੱਲੋਂ ਕੋਈ ਇਸ਼ਤਿਹਾਰ ਨਹੀਂ ਦਿੱਤਾ ਜਾਂਦਾ, ਇਹ ਗੱਲ ਬੜਾ ਗਲਤ ਆ। ਇਹ ਹਰ ਜਗ੍ਹਾ ਦੇ ਉੱਪਰ ਹਰ ਹਫ਼ਤੇ ਘੱਟੋ ਘੱਟ ਹੀ ਹਰ ਜ਼ਿਲ੍ਹੇ ਦੇ ਵਿੱਚ 4 ਜਾਂ 5 ਇਸ਼ਤਿਹਾਰ ਲੱਗੇ ਹੁੰਦੇ ਆ। ਤੁਸੀਂ ਖੁਦ ਆਪਣੇ ਜ਼ਿਲ੍ਹੇ ਨੂੰ ਚੈੱਕ ਕਰਕੇ ਦੇਖ ਲੈਣ, ਜੋਸ਼ੀ ਜੀ ਵੀ ਚੈੱਕ ਕਰਕੇ ਦੇਖ ਲੈਣ, ਉਹਦੇ ਵਿੱਚ ਲਿਖਿਆ ਹੁੰਦਾ ਸਵੇਰੇ ਇਸ਼ਤਿਹਾਰ ਆਉਂਦਾ ਕਿ ਇਹ ਏਰੀਆ 9 ਵਜੇ ਤੋਂ ਲੈ ਕੇ 9 ਵਜੇ ਤੱਕ ਬੰਦ ਰਹੇਗਾ। ਇਹ ਇੱਕ ਨਹੀਂ ਬਲਕਿ ਹੁਣ ਇਹ ਇਹਨਾਂ ਨੂੰ ਕਹੋ, ਇਹ ਵੀ ਲੈ ਲੈਣ ਉੱਥੋਂ ਕਿਸੇ ਐਕਸ਼ੀਅਨ ਦੇ ਕੋਲੋਂ ਫੋਨ। ਲੇਕਿਨ ਮੈਂ ਇੱਕ ਗੱਲ ਕਹਿ ਰਿਹਾ, ਇਹ ਸਾਰੀਆਂ ਜਗ੍ਹਾ ਦੇ ਉੱਪਰ ਇਹ ਨਹੀਂ ਕਿ ਇਸ਼ਤਿਹਾਰ ਨਹੀਂ ਦਿੱਤੇ ਜਾ ਰਹੇ, ਇਸ਼ਤਿਹਾਰ ਦਿੱਤੇ ਜਾ ਰਹੇ। ਦੂਸਰੀ ਗੱਲ ਮੈਂ ਇਹ ਗੱਲ ਕਹਿਣਾ ਚਾਹੁੰਦਾ, ਵੀ ਇਹ ਕੀ ਆਇਆ ਸਵਾਲ ਇਹ ਖੜਾ ਹੋਇਆ ਕਿ ਆਇਆ ਜਿਹੜੇ ਗਰੀਬਾਂ ਦੇ ਬਿੱਲ ਆ, ਜਿਹੜੀ ਇਹ ਗੱਲ ਬਾਰ ਬਾਰ ਕਹਿ ਰਹੇ ਅਸੀਂ ਸਾਰੇ ਗਰੀਬਾਂ ਨੂੰ ਬਿਜਲੀ ਮੁਫ਼ਤ ਦੇ ਦਿੱਤੀ ਹੈ, ਅਸੀਂ ਗਰੀਬਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਕਰ ਦਿੱਤੇ ਆ ਸਾਰਿਆਂ ਦੇ। ਲੇਕਿਨ ਮੈਂ ਇਹ ਗੱਲ ਕਹਿ ਰਿਹਾ ਕਿ ਭਾਈ, ਜਿੰਨਾ ਗਰੀਬ ਪਿਸ ਰਿਹਾ, ਜਿੰਨਾ ਆਮ ਆਦਮੀ ਬਿਜਲੀ ਕਰਕੇ ਪਿਸ ਰਿਹਾ, ਜਿੰਨਾ ਆਮ ਦੁਕਾਨਦਾਰ ਬਿਜਲੀ ਕਰਕੇ ਪਿਸ ਰਿਹਾ, ਜਿੰਨਾ ਛੋਟਾ ਇੰਡਸਟਰੀ ਵਾਲਾ ਬਿਜਲੀ ਕਰਕੇ ਪਿਸ ਰਿਹਾ, ਸ਼ਾਇਦ ਉਹਨਾਂ ਕਿਸੇ ਜਗ੍ਹਾ 'ਤੇ ਨਹੀਂ ਪਿਸ ਰਿਹਾ ਜਿਹਨੇ ਬਿੱਲ ਹੈ ਤੁਹਾਡੇ। ਔਰ 2002 ਵਾਲੇ ਬਿੱਲ ਕਢਾ ਲਓ, ਅੱਜ ਵਾਲੇ ਬਿੱਲ ਕਢਾ ਲਓ, ਉਦੋਂ 200 ਰੁਪਏ ਜੇ ਬਿੱਲ ਸੀ, ਅੱਜ 3000 ਰੁਪਇਆ ਬਿੱਲ ਹੈ, ਅੱਜ 5-5 ਹਜ਼ਾਰ ਰੁਪਇਆ ਬਿੱਲ ਹੈ। ਇਹ ਕਹਿਣਾ ਕਿ ਇਹ ਬਿਲਕੁਲ ਝੂਠ ਆ, ਇਹ ਗਲਤ ਆ। ਅਤੇ ਮੈਂ ਕਹਿੰਦਾ ਕਿ ਭਾਈ ਕਿਸੇ 'ਤੇ ਇਤਬਾਰ ਕਰ ਲਓ, ਭਾਈ ਕਿਸੇ ਕੋਲ ਸਰਵੇ ਕਰਾ ਲਓ,
ਭਾਈ ਤੁਸੀਂ ਮੀਡੀਆ ਤੇ ਡਿਪੈਂਡ ਕਰ ਲਓ, ਇਹਨਾਂ ਨੂੰ ਕਹੋ ਕਿ ਲੋਕਾਂ ਕੋਲ ਰਿਫੰਡਮ ਕਰਾ ਲੈਣ, ਕੋਈ ਚੀਜ਼ ਤੇ ਸਾਹਮਣੇ ਨਜ਼ਰ ਆਉਣੀ ਚਾਹੀਦੀ ਹੈ। ਇਹ ਬਹਿਸ ਦਾ ਤਦ ਹੀ ਮੁੱਕ ਹੋਏਗਾ ਪੰਗਾ ਜੇਕਰ ਕਿਤੇ ਨਾ ਕਿਤੇ ਕੋਈ ਏਜੰਸੀ ਇਸ ਗੱਲ ਨੂੰ ਚੈੱਕ ਕਰਕੇ ਦੱਸੇ ਕੀ ਚੀਜ਼ ਸੱਚ ਹੈ ਕੀ ਝੂਠ ਹੈ। ਔਰ ਇਹ ਅੱਜ ਬਿਜਲੀ ਦੇ ਬਿੱਲਾਂ ਦਾ ਜਿਹੜਾ ਹੈਗਾ ਰੋਲਾ, ਇਹ ਪੂਰੇ ਪੰਜਾਬ ਦੇ ਹਰ ਘਰ ਦੇ ਵਿੱਚ ਰੋਲਾ ਹੈਗਾ। ਠੀਕ ਹੈ ਠੀਕ ਹੈ, ਜੋਸ਼ੀ ਸਾਹਿਬ ਜਵਾਬ ਦੇਣਾ ਚਾਹ ਰਹੇ ਸੀ। ਵੇਰਕਾ ਜੀ ਗੱਲ ਇਹ ਹੈ ਕਿ ਜਦ ਤੁਸੀਂ ਸਰਕਾਰ ਚ ਆਏ ਸੀਗੇ, ਕੈਪਟਨ ਸਾਹਿਬ ਸਰਕਾਰ ਚ ਆਏ ਸੀਗੇ, ਤੁਸੀਂ ਤਾਂ ਕਿਸਾਨਾਂ ਦਾ ਫ੍ਰੀ ਬਿਜਲੀ ਪਾਣੀ ਬੰਦ ਕਰਤਾ ਸੀਗਾ, ਤੁਸੀਂ ਤਾਂ ਫ੍ਰੀ ਬਿਜਲੀ ਪਾਣੀ ਬੰਦ ਕਰਤਾ ਸੀ, ਵਾਅਦੇ ਤੋਂ ਮੁਕਰ ਗਏ ਸੀਗੇ। ਤੁਸੀਂ ਤਾਂ ਐਸਸੀ ਦਾ ਕੋਈ ਫ੍ਰੀ ਬਿਜਲੀ ਪਾਣੀ ਕੋਈ ਪ੍ਰੋਵੀਜ਼ਨ ਹੀ ਨਹੀਂ ਰੱਖਿਆ ਸੀਗਾ, ਅਸੀਂ ਤਾਂ ਉਹ ਕੀਤਾ ਹੀ ਹੈ ਔਰ ਦਿਖਾਇਆ। ਔਰ ਦੇਖੋ ਜਿੱਥੇ ਤੱਕ ਤੁਸੀਂ ਵਿਗਿਆਪਨਾਂ ਦੀ ਗੱਲ ਕਰ ਰਹੇ ਹੋ, ਕੋਈ ਵਿਗਿਆਪਨ ਪੂਰੇ ਪੰਜਾਬ 'ਚ ਨਹੀਂ ਦਿੱਤਾ ਜਾ ਰਿਹਾ, ਪੂਰੇ ਪੰਜਾਬ 'ਚ ਜਿਹੜਾ ਹੈਗਾ ਹੈ ਆਫਿਸ ਅਤੇ ਸਰਕਾਰੀ ਆਫਿਸ ਟਾਈਮਿੰਗਸ ਨਹੀਂ ਚੇਂਜ ਕੀਤੇ ਗਏ ਬਿਜਲੀ ਕਰਕੇ, ਪੂਰੇ ਪੰਜਾਬ ਦੇ ਅੰਦਰ ਇੱਕ ਟਾਈਮ ਦੇ ਅੰਦਰ ਦੁਕਾਨਾਂ ਨੂੰ ਸ਼ਾਮੀ ਬੰਦ ਕਰਨ ਦਾ ਸੱਦਾ ਨਹੀਂ ਦਿੱਤਾ ਗਿਆ, ਦੁਪਹਿਰੀ ਬੰਦ ਕਰਨ ਦਾ ਸੱਦਾ ਨਹੀਂ ਦਿੱਤਾ ਗਿਆ ਸਰਕਾਰ ਵੱਲੋਂ। ਇਹ ਗੱਲ ਨੂੰ ਧਿਆਨ ਕਰੋ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੈਂਟੇਨੈਂਸ ਹੁੰਦੀ ਹੈ, ਲੋਕਲ ਮੈਂਟੇਨੈਂਸ ਹੁੰਦੀ ਹੈ, ਉਹ ਜਲਦੀ ਰਹੇਗੀ, ਲੇਕਿਨ ਬਿਜਲੀ ਦੀ ਘਾਟ ਕਰਕੇ ਪੂਰੇ ਪੰਜਾਬ 'ਚ ਵਿਗਿਆਪਨ ਨਹੀਂ ਦੇ ਰਹੀ ਸਰਕਾਰ, ਹਾਹਾਕਾਰ ਨਹੀਂ ਹੋ ਰਹੀ, ਦਰਬਾਰ ਨਹੀਂ ਲਗਾ ਰਹੀ ਲੋਕਾਂ ਨੂੰ ਸਮਝਾਉਣ ਵਾਸਤੇ, ਇਹ ਤੁਹਾਡੇ ਰਾਜ 'ਚ ਹੋਇਆ। ਉਹ ਮੰਨ ਲਓ ਵੇਰਕਾ ਸਾਹਿਬ, ਕਾਹਨੂੰ ਆਪਣੇ ਸਿਆਸੀ ਕੱਦ ਛੋਟਾ ਕਰੀ ਜਾਂਦੇ ਹੋ, ਕਿਉਂ ਲੋਕਾਂ ਦੀ ਨਜ਼ਰਾਂ 'ਚ ਗਿਰੀ ਜਾਂਦੇ ਹੋ? ਮੰਨ ਲਓ ਕਿ ਬਿਜਲੀ ਸਰਪਲਸ ਸਟੇਟ ਹੈ, ਬਾਕੀ ਹੋਰ ਪ੍ਰੋਬਲਮ ਡਿਸਕਸ ਕਰ ਲਓ, ਪਰ ਇਹ ਮੰਨੋ ਬਿਜਲੀ ਸਰਪਲਸ ਸਟੇਟ ਹੈ, ਇਹ ਸਭ ਲੋਕਾਂ ਨੂੰ ਦਿਖਦਾ ਪਿਆ। ਸਾਡੇ ਨਾਲ ਇੰਦਰਪ੍ਰੀਤ ਜੀ ਬੈਠੇ ਹੋਰ ਐਕਸ਼ਨ ਨਾਲ ਗੱਲ ਕਰਾਵਾਂ, ਵੇਰਕਾ ਸਾਹਿਬ ਦੀ ਤਸੱਲੀ ਵਾਸਤੇ ਦੇ ਹੈਡ ਨੇ ਉਹ ਸਾਫ਼ ਦੱਸ ਰਹੇ ਨੇ। ਉਹ ਛੱਡੋ ਸ਼ਰਮਾ ਜੀ ਬਹੁਤ ਹੋ ਗਿਆ, ਇਹ ਤਸੱਲੀ ਹੋ ਚੁੱਕੀ ਹੈ, ਇਹਨਾਂ ਨੇ ਮਾਨਾ ਮੁੰਡਾ ਹੈ ਨਹੀਂ ਹੈ, ਅੱਖਾਂ ਬੰਦ ਕਰਕੇ ਬੈਠੇ ਨੇ। ਇੰਦਰਪ੍ਰੀਤ ਜੀ ਦਾ ਵੀ ਬਹੁਤ ਆ ਗਿਆ, ਇਹਨਾਂ ਨੂੰ ਤਸੱਲੀ ਨਹੀਂ ਹੋ ਰਹੀ ਇਹਨਾਂ ਨੂੰ, ਇਹ ਤਾਂ ਠੀਕ ਹੈ ਸਰ। ਸ਼ਰਮਾ ਜੀ ਦਾ ਮੈਂ ਹੁਣ ਐਕਸ਼ਨ ਦਾ ਫੋਨ ਆ ਰਿਹਾ ਕੁਦਰਤੀ, ਮੈਂ ਤੁਹਾਡੀ ਗੱਲ ਕਰਾਵਾਂ ਲਾਲੜੂ ਵਾਲੇ ਦਾ। ਠੀਕ ਠੀਕ ਹੈ ਇੰਦਰਪ੍ਰੀਤ ਜੀ ਸਰ, ਤੁਹਾਡਾ ਲਾਸਟ ਕਮੈਂਟ ਚਾਹਾਂਗੇ ਰੱਖੋ। ਗੁਰਪ੍ਰੀਤ ਜੀ ਮੈਂ ਥੋੜ੍ਹਾ ਜਿਹਾ ਇੱਕ ਉਹ ਕਰਨਾ ਚਾਹੁੰਦਾ ਸੀ ਕਿ ਦੇਖੋ, ਇੱਕ ਸੈਕਿੰਡ ਸ਼ਰਮਾ ਜੀ ਮੈਨੂੰ ਇੱਕ ਮਿੰਟ ਲਈ ਬੋਲਣ ਦਿਉ। ਨੋ ਡਾਊਟ ਕਿ ਐਸ ਸੀ ਜਿਹੜੇ ਵਰਗ ਹੈਗੇ ਆ ਜਾਂ ਬੀ ਸੀ ਵਰਗ ਹੈਗੇ ਆ, ਉਹਨਾਂ ਨੂੰ 200 ਯੂਨਿਟ ਬਿਜਲੀ ਮਿਲ ਰਹੀ ਹੈ, ਔਰ ਉਹਦੇ ਬਿੱਲ ਨੈਚੁਰਲੀ ਜੇ 1 ਕਿਲੋ ਵਾਟ ਤੋਂ ਘੱਟ ਹੈ ਤਾਂ ਇੰਨਾ ਬਿੱਲ ਹੀ ਨਹੀਂ ਉਹਨਾਂ ਦਾ ਜਾਏਗਾ ਕਿ ਉਹ ਉਹਨਾਂ ਨੂੰ ਬਿੱਲ ਆਏ। 1 ਕਿਲੋ ਵਾਟ ਤੋਂ ਘੱਟ ਵਾਲੇ, ਅਗਰ ਉਹਨਾਂ ਦੀ ਕੰਜਮਪਸ਼ਨ 1 ਕਿਲੋ ਵਾਟ ਤੋਂ ਘੱਟ ਹੈ ਤਾਂ ਉਹ 200 ਯੂਨਿਟ ਦੀ ਖਪਤ ਹੀ ਨਹੀਂ ਹੁੰਦੀ ਹੈਗੀ, ਇਸ ਕਰਕੇ ਹੁਣ ਇੰਨਾ ਬਿੱਲ ਤਾਂ ਆਏਗਾ ਹੀ। ਮੇਰਾ ਖਿਆਲ ਹੈ ਕਿ ਅਸੀਂ ਅਲੱਗ ਅਲੱਗ ਇਸ਼ੂਜ਼ 'ਤੇ ਗੱਲ ਕਰ ਰਹੇ ਹਾਂ, ਸ਼ਾਇਦ ਵੇਰਕਾ ਸਾਹਿਬ ਇੰਡਸਟਰੀ ਦੀ ਬਿਜਲੀ ਦੇ ਉੱਤੇ ਗੱਲ ਕਰ ਰਿਹਾ ਔਰ ਸ਼ਰਮਾ ਜੀ ਐਸ ਸੀ ਵਰਗ ਦੀ ਬਿਜਲੀ ਦੇ ਉੱਤੇ ਗੱਲ ਕਰ ਰਿਹਾ, ਦੋਨੋਂ ਹੀ ਡਿਫਰੈਂਸ ਹੈਗੇ ਹੈ। ਮਤਲਬ ਨੋ ਡਾਊਟ ਕਿ ਜਿਹੜੀ ਇੰਡਸਟਰੀ ਦੀ ਬਿਜਲੀ ਹੈ ਜਾਂ ਛੋਟੇ ਯੂਨਿਟਸ ਦੀ ਬਿਜਲੀ ਹੈ ਉਹ ਮਹਿੰਗੀ ਹੈਗੀ ਹੈ। ਪਹਿਲਾਂ ਹੀ ਐਨ ਕੇ ਸ਼ਰਮਾ ਜੀ ਨੇ ਕਿਹਾ ਹੈ ਕਿ ਜਿਹੜੀ ਨਵੀਂ ਇੰਡਸਟਰੀ ਆ ਰਹੀ ਹੈ ਉਹਨੂੰ ਅਸੀਂ 4.99 ਪੈਸੇ 'ਤੇ ਔਫਰ ਕੀਤੀ ਹੈ ਬਿਜਲੀ, ਪਰ ਸਵਾਲ ਇਹ ਹੈ ਕਿ ਜਿਹੜੀ ਇੰਡਸਟਰੀ ਆਲਰੇਡੀ ਲੱਗੀ ਹੋਈ ਹੈ ਉਹਨੂੰ ਪ੍ਰੋਬਲਮ ਫੇਸ ਹੋ ਰਹੀ ਹੈ, ਉਹਨਾਂ ਦੇ ਯੂਨਿਟ ਬੰਦ ਹੋ ਰਹੇ ਹੈ ਮਹਿੰਗੀ ਬਿਜਲੀ ਕਰਕੇ, ਉਹ ਕੰਪੀਟ ਨਹੀਂ ਕਰ ਪਾ ਰਹੇ ਹੈ, ਇਸ ਕਰਕੇ ਉਹਨਾਂ ਬਾਰੇ ਖਿਆਲ ਕਰਨ ਦੀ ਲੋੜ ਹੈ। ਔਰ ਜਿਹੜੀ ਠੀਕ ਹੈ ਸਰ, ਉਹਨਾਂ ਬਾਰੇ ਖਿਆਲ ਕਰਨ ਦੀ ਲੋੜ ਹੈ। ਸੋ ਤੁਸੀਂ ਸਵਾਲ ਸਹੀ ਚੁੱਕੇ ਸਰ, ਮੈਂ ਤੁਹਾਨੂੰ ਰੋਕਣਾ ਚਾਹਾਂਗਾ ਤੇ ਮਾਫੀ ਚਾਹਾਂਗਾ ਤੁਹਾਡੇ ਸਾਰੇ ਮਹਿਮਾਨਾਂ ਤੋਂ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਸਰ, ਟਾਈਮ ਹੋ ਚੁੱਕਿਆ ਸਰ, ਮਾਫੀ ਚਾਹਾਂਗਾ। ਤੇ ਦਰਸ਼ਕਾਂ ਤੋਂ ਅਸੀਂ ਜੋ ਸਵਾਲ ਪੁੱਛਿਆ ਸੀਗਾ ਉਹ ਇਹ ਸੀਗਾ ਕਿ ਕੀ ਪੰਜਾਬ 'ਚ ਨਵੀਂ ਸਰਕਾਰ ਦੇ ਲਈ ਬਿਜਲੀ ਦੇ ਮੁੱਦੇ ਨੂੰ ਹੱਲ ਕਰਨਾ ਵੱਡੀ ਚੁਣੌਤੀ ਹੋਵੇਗੀ, ਤੇ ਇਸ 'ਤੇ ਸਾਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ। 64% ਦਰਸ਼ਕਾਂ ਨੇ ਆਪਣੀ ਰਾਏ ਹਾਂ ਵਿੱਚ ਰੱਖੀ ਹੈ, ਜਦਕਿ 36% ਦਰਸ਼ਕਾਂ ਨੇ ਆਪਣੀ ਰਾਏ ਨਾ ਵਿੱਚ।